सत श्री अकाल दोस्तों, एक बार फिर तो हाजिर हो चुके हैं। एस वाई एल गीत सिद्धू मूसेवाले का, वह गीत जिसने अगर सिद्धू मूसेवाला ज्यौदा हुंदा तां सिद्धू का कद बहुत उच्चा कर देना सी, पर फिर भी होनी नूं कोई नहीं टाल सकता। हुण चाहे सिद्धू मूसेवाला साडे विच नहीं, पर यह गीत सिद्धू का कद बहुत उच्चा कर गया अते सिद्धू नूं अमर कर गया। यह गीत 295 ते भी भारी पैंदा होया दिख रहा है। एस वाई एल गीत लगातार ट्रेंडिंग नंबर वन, सोशल मीडिया के उपर लगातार तहलका मचाया होया, ही रील्स के उपर भी नेरी लियाई हुई है। इस तो अलावा बच्चे बच्चे की जबान ते सिर्फ इको गल है एस वाई एल। उत्थे ही दूसरे पासे अगर गल करते हैं, कुछ लोग ऐसे भी होंगे ने जो कि माहौल नूं खराब करते हैं अते इस गीत नूं कुछ होर तरह दस के लोगों नूं गुमराह कराया जा रहा है। कहण तों भाव कि साडे जिहड़े वीर हरियाणे दे विच वसदे ने उन्हां नूं कुछ गलत दस के सिद्धू मूसेवाले दे खिलाफ भटकाया जा रहा। खैर, सिद्धू मूसेवाले नूं कोई फर्क नहीं पैंदा क्योंकि वह बाई साडे विचकार नहीं, पर फिर भी ਆਪਾਂ ਚਾਹੁੰਦੇ ਹਾਂ ਕਿ ਕੋਈ ਗਲਤ ਫਹਿਮੀ ਕ੍ਰੀਏਟ ਨਾ ਹੋਵੇ। ਸਿੱਧੂ ਨੇ ਜਿਹੜਾ ਇਹ ਗੀਤ ਗਾਇਆ ਹੈ ਹਰਿਆਣੇ ਦੇ ਉਸ ਲੀਡਰ ਵਾਸਤੇ ਗਾਇਆ ਹੈ ਜਿਸ ਨੇ ਕਿਹਾ ਸੀ ਕਿ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਬਣ ਲੈਣ ਦਿਓ, ਪੰਜਾਬ ਦੇ ਵਿੱਚ ਬਣ ਚੁੱਕੀ ਹੈ, ਉਸ ਤੋਂ ਬਾਅਦ ਅਸੀਂ ਜਿਹੜਾ ਐਸ ਵਾਈ ਐਲ ਦਾ ਪਾਣੀ ਆ ਕਿਸੇ ਤੋਂ ਵੀ ਬਿਨਾਂ ਪੁੱਛੇ ਹਰਿਆਣੇ 'ਚ ਲੈ ਆਵਾਂਗੇ। ਗੱਲ ਪਾਣੀਆਂ ਦੀ ਨਹੀਂ, ਸਿੱਧੂ ਦੀ ਸੋਚ ਦੇ ਵਿੱਚ। ਜਦੋਂ ਸਿੱਧੂ ਨੇ ਇਹ ਗੀਤ ਲਿਖਿਆ, ਉਸ ਦੀ ਸੋਚ ਉਸੇ ਲੀਡਰ ਦੇ ਆਲੇ ਦੁਆਲੇ ਘੁੰਮਦੀ ਹੋਈ ਦਿਖਾਈ ਗਈ ਹੈ ਕਿ ਆਖਰ ਕਿਸ ਤਰ੍ਹਾਂ ਉਹ ਬੰਦਾ ਆਖ ਰਿਹਾ ਕਿ ਅਸੀਂ ਪਾਣੀ ਲੈ ਕੇ ਜਾਵਾਂਗੇ। ਦੂਸਰੇ ਪਾਸੇ ਸਿੱਧੂ ਮੂਸੇਵਾਲਾ ਪੰਜਾਬ ਦੇ ਲੋਕਾਂ ਵੱਲੋਂ ਆਵਾਜ਼ ਹੈ ਜਿਹੜੀ ਬੁਲੰਦ ਕਰ ਰਹੇ ਨੇ, ਅਤੇ ਸਿੱਧੂ ਨੇ ਸਟਾਰਟਿੰਗ ਦੇ ਵਿੱਚ ਇਹ ਵੀ ਗੱਲ ਕਰੀ ਹੈ ਕਿ ਹਿਮਾਚਲ ਹੋਵੇ, ਹਰਿਆਣਾ ਹੋਵੇ, ਇਹ ਵਾਪਸ ਸਾਨੂੰ ਦੇ ਦਿਓ, ਸਾਡਾ ਜਿਹੜਾ ਭਾਈਚਾਰਾ ਇਕੱਠਾ ਹੋ ਜਾਵੇ। ਜਦੋਂ ਸਾਰੇ ਇਕੱਠੇ ਹੋ ਗਏ ਫਿਰ ਸਾਰਿਆਂ ਦਾ ਪਾਣੀ ਵੀ ਸਾਂਝਾ ਹੀ ਹੈ। ਇਹ ਗੱਲ ਕਿਸੇ ਨੇ ਸਮਝੀ ਨਹੀਂ, ਜਾਂ ਇੱਦਾਂ ਕਹਿ ਲਓ ਕਿ ਇਹ ਗੱਲ ਜਾਣ ਬੁੱਝ ਕੇ ਵਿੱਚ ਦਵਾਈ ਜਾ ਰਹੀ ਹੈ ਅਤੇ ਸਿਰਫ ਇਹੀ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਇਸ ਤਰ੍ਹਾਂ ਕਹਿ ਰਹੇ ਨੇ ਕਿ ਅਸੀਂ ਹਿੱਕ ਦੇ ਜ਼ੋਰ 'ਤੇ ਪਾਣੀ ਨਹੀਂ ਦਿੰਦੇ। ਸਿੱਧੂ ਮੂਸੇਵਾਲੇ ਨੇ ਭਾਈਚਾਰਾ ਵੀ ਕਾਇਮ ਰੱਖਣ ਦੀ ਗੱਲ ਇਸ ਗੀਤ ਦੇ ਵਿੱਚ ਕਰੀ ਹੈ। ਦੂਸਰੇ ਪਾਸੇ ਜਨਾਬ, ਅਗਰ ਆਪਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਇੱਕ ਹੋਰ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉੱਠਿਆ ਹੋਇਆ। ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦਾ ਵਿਰੋਧ ਹੋ ਰਿਹਾ ਕਿਉਂਕਿ ਸਿੱਧੂ ਦਾ ਐਸ ਵਾਈ ਐਲ ਗੀਤ ਆਇਆ। ਐਸ ਵਾਈ ਐਲ ਗੀਤ ਆਇਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ, ਨੌਜਵਾਨਾਂ ਦੇ ਵਿੱਚ ਜੋਸ਼ ਭਰਤਾ ਅਤੇ ਐਸ ਵਾਈ ਐਲ ਦੇ ਮੁੱਦੇ ਤੋਂ ਸਭ ਨੂੰ ਜਾਣੂ ਕਰਵਾਤਾ। ਪਰ ਲੋਕਾਂ ਦਾ ਗੁੱਸਾ ਹੈ ਕਿ ਕਿਸੇ ਵੀ ਵੱਡੇ ਕਲਾਕਾਰ ਨੇ ਸਿੱਧੂ ਦੀ ਸਟੋਰੀ ਤੱਕ ਨਹੀਂ ਪਾਈ। ਬਿਲਕੁਲ ਜੀ, ਸਿੱਧੂ ਦੀ ਐਸ ਵਾਈ ਐਲ ਗੀਤ ਦੀ ਸਟੋਰੀ ਤੱਕ ਕਿਸੇ ਕਲਾਕਾਰ ਤੋਂ ਨਹੀਂ ਸਰੀ। ਬਹੁਤ ਐਸੇ ਘੱਟ ਕਲਾਕਾਰ ਨੇ ਜਿਨ੍ਹਾਂ ਨੇ ਸਟੋਰੀਆਂ ਪਾਈਆਂ ਨੇ ਸਿੱਧੂ ਦੀਆਂ। ਬਹੁਤ ਸਾਰੇ ਕਲਾਕਾਰਾਂ ਨੇ ਸਿੱਧੂ ਦੇ ਇਸ ਗੀਤ ਨੂੰ ਇਗਨੋਰ ਕੀਤਾ। ਲੋਕਾਂ ਦਾ ਕਹਿਣਾ ਕਿ ਅਗਰ ਐਸਾ ਗੀਤ ਗਾਉਣ ਦਾ ਦਮ ਨਹੀਂ ਰੱਖਦੇ, ਐਸਾ ਗੀਤ ਲਿਖਣ ਦਾ ਦਮ ਨਹੀਂ ਰੱਖਦੇ, ਘੱਟ ਤੋਂ ਘੱਟ ਯਾਰ ਸਿੱਧੂ ਦਾ ਇਹ ਗੀਤ ਸ਼ੇਅਰ ਤਾਂ ਕਰ ਸਕਦੇ ਹੋ। ਸ਼ੇਅਰ ਕਰਨ ਨਾਲ ਤਾਂ ਕੁਛ ਨਹੀਂ ਹੁੰਦਾ। ਇਸੇ ਕਰਕੇ ਸਵੇਰ ਤੋਂ ਕੁਲਵਿੰਦਰ ਬਿੱਲਾ ਦਾ ਵੀ ਵਿਰੋਧ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਕਲਿੱਪ ਹੈ ਜੋ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਨੇ ਜਿਨ੍ਹਾਂ ਦਾ ਵਿਰੋਧ ਹੁੰਦਾ ਹੋਇਆ ਦਿਖਾਈ ਦੇ ਰਿਹਾ, ਅਤੇ ਕਾਫੀ ਵੱਡੇ ਵੱਡੇ ਕਲਾਕਾਰ ਨੇ। ਅਗਰ ਨਾਮ ਲਵਾਂਗੇ ਤਾਂ ਹੋ ਸਕਦਾ ਵੀਡੀਓ ਕਾਫੀ ਲੰਬੀ ਚਲੀ ਜਾਵੇ। ਪਰ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਸਨੇ ਐਸ ਵਾਈ ਐਲ ਦੀ ਸਪੋਰਟ ਕਰੀ, ਕਿਸਨੇ ਨਹੀਂ ਕਰੀ, ਤਾਂ ਸੋਸ਼ਲ ਮੀਡੀਆ ਤੁਹਾਡੇ ਹੱਥ ਵਿੱਚ ਹੈ। ਹੁਣੇ ਉਸ ਕਲਾਕਾਰ ਦਾ ਨਾਮ ਸਰਚ ਕਰੋ, ਦੇਖੋ ਕਿ ਉਸਨੇ ਐਸ ਵਾਈ ਐਲ ਦੀ ਸਟੋਰੀ ਪਾਈ ਜਾਂ ਫਿਰ ਨਹੀਂ। ਅਗਰ ਨਹੀਂ ਪਾਈ ਤਾਂ ਵਿਰੋਧ ਵੀ ਕਰਨਾ ਲਾਜ਼ਮੀ ਹੈ ਕਿਉਂਕਿ ਐਸ ਵਾਈ ਐਲ ਕਲਾ ਸਿੱਧੂ ਮੂਸੇਵਾਲੇ ਦਾ ਮੁੱਦਾ ਨਹੀਂ ਸੀ, ਜਾਂ ਸਾਡਾ ਅਤੇ ਤੁਹਾਡਾ ਨਹੀਂ, ਸਾਡੇ ਸਾਰਿਆਂ ਦਾ ਮੁੱਦਾ ਐਸ ਵਾਈ ਐਲ। ਇਸੇ ਕਰਕੇ ਸਭ ਨੂੰ ਸਪੋਰਟ ਕਰਨੀ ਚਾਹੀਦੀ ਹੈ। ਧੰਨਵਾਦ।